ਯਕੂਬ ਮਸੀ ਇਹਨੇ ਆਪਣੇ ਸਾਥੀਆਂ ਸਮੇਤ ਪਿੱਛੇ ਮੋਟਰਸਾਈਕਲਾਂ ਦੇ ਇਹਨਾਂ ਨੇ ਹੱਲਾ ਬੋਲਿਆ ਤੇ ਪੁਲਿਸ ਪਾਰਟੀ ਨੂੰ ਰੋਕ ਕੇ ਤੇ ਉਹਨਾਂ ਕੋਲੋਂ ਇਹ ਧੱਕੇ ਨਾਲ ਜ਼ੋਰ ਜ਼ਬਰੀ ਨਾਲ ਇਹ ਖੋ ਕੇ ਤੇ ਲਿਜਾਣ ਲੱਗੇ। ਪੁਲਿਸ ਨੇ ਅੱਗੇ ਹੋ ਕੇ ਰੋਕਿਆ। ਸਾਡੇ ਐਸਏ ਕੇਵਲ ਸਿੰਘ ਤੇ ਪੀਐਜੀ ਅਮਰ ਸਿੰਘ ਦੇ ਜਵਾਨ ਸਨ ਤੇ ਇਹਨਾਂ ਨੇ ਉਹਨਾਂ ਤੇ ਗੱਡੀ ਘੁਮਾ ਕੇ ਮਾਰ ਦੇਣ ਦੀ ਨੀਤ ਨਾਲ ਚੜ੍ਹਾਈ ਤੇ ਸੈਕਿੰਡਲੀ ਉਹਨਾਂ ਨੂੰ ਕਾਫੀ ਹੱਥੋਪਾਈ ਕੀਤੀ। ਸਾਡੇ ਕੇਐਸਏ ਦੀ ਵਰਦੀ ਵੀ ਇਸ ਵਿੱਚ ਫੜ ਗਈ ਤਾਂ ਉਹਨਾਂ ਤੋਂ ਬੇਕਾਬੂ ਹੋ ਕੇ ਨਿਕਲ ਗਿਆ। ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਤਾਂ ਤੁਰੰਤ ਸਾਡੀਆਂ ਪੁਲਿਸ ਪਾਰਟੀਆਂ ਨੇ ਇਹਨਾਂ ਦਾ ਪਿੱਛਾ ਕੀਤਾ। ਕਰੀਬ 18 ਕਿਲੋਮੀਟਰ ਪਿੱਛਾ ਕਰਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਕਾਬੂ ਕੀਤਾ ਗਿਆ। ਜਿਹੜੇ ਅਜਨਾਲਾ ਦੇ ਪਿੰਡ ਬੱਲੜਵਾਲ ਵਿਖੇ ਨਜਾਇਜ਼ ਰੇਤਾ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ 'ਚ ਉਹਨਾਂ ਦੇ ਰੇਤਾ ਨਾਲ ਭਰੇ ਵਾਹਨ ਨੂੰ ਰੋਕਿਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਹੋਣ ਤੋਂ ਬਾਅਦ ਉਹ ਵਾਹਨ ਨੂੰ ਲੈ ਕੇ ਦੌੜ ਗਏ। ਜਿਸ ਤੋਂ ਬਾਅਦ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕਰੀਬ 18 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਘੇਰਾ ਪਾ ਕੇ ਵਾਹਨ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਵੱਲੋਂ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਇਹਦੇ ਵਿੱਚ ਮਾਈਨਿੰਗ ਅਧਿਕਾਰੀ ਦੁਆਰਾ ਇੱਕ ਕੈਂਪਰ ਜਿਹੜਾ ਰੇਤ ਨਾਲ ਨਜਾਇਜ਼ ਮਾਈਨਿੰਗ ਨਾਲ ਪਕੜਿਆ ਗਿਆ ਸੀ। ਉੱਥੇ ਪੁਲਿਸ ਪਾਰਟੀ ਸਾਡੀ ਮੌਕੇ 'ਤੇ ਪੁੱਜੀ ਤਾਂ ਪੁਲਿਸ ਪਾਰਟੀ ਦੇ ਹੈਂਡਓਵਰ ਉਹਨਾਂ ਨੇ ਕਰ ਦਿੱਤਾ। ਜਦੋਂ ਵਾਪਸ ਮਾਲ ਮੁਕੱਦਮਾ ਇਹ ਸਰਕਾਰੀ ਪ੍ਰੋਪਰਟੀ ਥਾਣੇ ਨੂੰ ਲੈ ਕੇ ਆ ਰਿਹਾ ਸੀ ਅਤੇ ਇਹ ਜਿਹੜੇ ਹੈਗੇ ਨੇ ਯਕੂਬ ਮਸੀ ਇਹਨੇ ਆਪਣੇ ਸਾਥੀਆਂ ਸਮੇਤ ਪਿੱਛੇ ਮੋਟਰਸਾਈਕਲਾਂ ਦੇ ਇਹਨਾਂ ਨੇ ਹੱਲਾ ਬੋਲਿਆ ਅਤੇ ਪੁਲਿਸ ਪਾਰਟੀ ਨੂੰ ਰੋਕ ਕੇ ਅਤੇ ਉਹਨਾਂ ਕੋਲੋਂ ਇਹ ਧੱਕੇ ਨਾਲ ਜ਼ੋਰ ਜ਼ਬਰੀ ਨਾਲ ਇਹ ਖੋ ਕੇ ਅਤੇ ਲਿਜਾਣ ਲੱਗੇ। ਪੁਲਿਸ ਨੇ ਅੱਗੇ ਹੋ ਕੇ ਰੋਕਿਆ। ਸਾਡੇ ਐਸਏ ਕੇਵਲ ਸਿੰਘ ਅਤੇ ਪੀਐਜੀ ਅਮਰ ਸਿੰਘ ਦੇ ਜਵਾਨ ਸਨ ਅਤੇ ਇਹਨਾਂ ਨੇ ਉਹਨਾਂ ਤੇ ਗੱਡੀ ਘੁਮਾ ਕੇ ਮਾਰ ਦੇਣ ਦੀ ਨੀਤ ਨਾਲ ਚੜ੍ਹਾਈ ਅਤੇ ਸੈਕਿੰਡਲੀ ਉਹਨਾਂ ਨੂੰ ਕਾਫੀ ਹੱਥੋਪਾਈ ਕੀਤੀ। ਸਾਡੇ ਕੇਐਸਏ ਦੀ ਵਰਦੀ ਵੀ ਇਸ ਵਿੱਚ ਫੜ ਗਈ ਤਾਂ ਉਹਨਾਂ ਤੋਂ ਬੇਕਾਬੂ ਹੋ ਕੇ ਨਿਕਲ ਗਿਆ। ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਤਾਂ ਤੁਰੰਤ ਸਾਡੀਆਂ ਪੁਲਿਸ ਪਾਰਟੀਆਂ ਨੇ ਇਹਨਾਂ ਦਾ ਪਿੱਛਾ ਕੀਤਾ। ਕਰੀਬ 18 ਕਿਲੋਮੀਟਰ ਪਿੱਛਾ ਕਰਕੇ ਅਤੇ ਇਹਨਾਂ ਨੂੰ ਸਾਰਿਆਂ ਨੂੰ ਕਾਬੂ ਕੀਤਾ ਗਿਆ। ਜਿਹੜੇ ਗ੍ਰਿਫਤਾਰ ਨੇ ਇਹਨਾਂ ਦੇ ਵਿੱਚ ਚ ਯਕੂਬ ਸੀ, ਜਸ਼ਨਪ੍ਰੀਤ, ਜਗਪ੍ਰੀਤ, ਪ੍ਰੇਮ ਸਿੰਘ, ਅਲੱਗ ਅਲੱਗ ਪਿੰਡਾਂ ਦੇ ਨੇ। ਇਹਦੇ 'ਚ 6 ਬੰਦੇ ਟੋਟਲ ਆਏ ਸੀ, 3-4 ਅਣਪਛਾਤੇ, ਜਿਨ੍ਹਾਂ 'ਚੋਂ 4 ਗ੍ਰਿਫਤਾਰ ਹੋ ਚੁੱਕੇ ਨੇ ਅਤੇ ਰਿੰਕੂ ਹੈ ਚੱਕਵਾਲ ਪਿੰਡ ਦਾ ਅਤੇ ਹੋਰ ਵੀ ਜਿਹੜੇ ਅਣਪਛਾਤੇ ਆਡੈਂਟੀਫਾਈ ਕਰਕੇ ਸਾਡੀਆਂ ਟੀਮਾਂ ਲੱਗੀਆਂ। ਬਹੁਤ ਜਲਦ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਕਰਾਂਗੇ। ਜਿਹੜਾ ਵਹੀਕਲ ਇਹਨਾਂ ਨੇ ਪੁਲਿਸ ਕੋਲ ਖੋਇਆ ਸੀਗਾ, ਜਿਹੜਾ ਨਜਾਇਜ਼ ਮਾਈਨਿੰਗ ਵਾਲਾ ਮਾਈਨਿੰਗ ਅਧਿਕਾਰੀ ਨੇ ਚਲਾਨ ਕੀਤਾ ਸੀ, ਉਹ ਵਹੀਕਲ ਵੀ ਅਸੀਂ ਕਬਜ਼ਾ ਪੁਲਿਸ 'ਚ ਇਹਨਾਂ ਪਾਸੋਂ ਲੈ ਲਿਆ ਵਾ ਅਤੇ ਰਿਮਾਂਡ ਇਹਨਾਂ ਦਾ ਲਿਆ ਗਿਆ ਵਾ ਕੋਰਟ ਵੱਲੋਂ। ਇਹਨਾਂ ਨਾਲ ਸਖਤੀ ਨਾਲ ਪੁੱਛਗਿੱਛ ਕਰਕੇ ਅਤੇ ਪੁਲਿਸ 'ਤੇ ਹਮਲਾ ਕਰਨ ਦਾ ਜਾਂ ਕਿਵੇਂ ਇਹਨਾਂ ਦਾ ਮਨਸੂਬਾ ਬਣਿਆ, ਕਿਹੜੇ ਕਿਹੜੇ ਇਹਨਾਂ ਦੇ ਨਾਲ ਹੋਰ ਇਨਵੋਲਵ ਨੇ, ਸਾਰਿਆਂ ਨੂੰ ਇਸ ਕੇਸ ਦੇ ਵਿੱਚ ਤਹਿ ਤੱਕ ਜਾ ਕੇ ਅਤੇ ਕਾਨੂੰਨ ਅਨੁਸਾਰ ਸਖਤੀ ਨਾਲ ਨਜਿੱਠਿਆ ਜਾਊਗਾ ਅਜਿਹੇ ਗੁੰਡੇ ਅਨਸਰਾਂ 'ਤੇ।